ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਬੱਬੂ, ਤੇ ਅੱਜ ਆਪਾਂ ਪਹੁੰਚਾਂਗੇ ਬਾਬਾ ਟਰੈਕਟਰ ਸੇਲ ਪਰਚੇਜ ਵਾਲਿਆਂ ਦੇ, ਤੇ ਬਾਈ ਲੱਭੀ ਆਪਣੇ ਨਾਲ ਕਰਦੇ ਆ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਬਾਈ? ਜਮਾਂ ਵਧੀਆ, ਚੜ੍ਹਦੀ ਕਲਾ ਜੀ। ਤੇ ਮੇਨ ਲੋਕੇਸ਼ਨ ਬਾਈ ਜੀ ਆਪਣੀ? ਆਪਣੀ ਲੋਕੇਸ਼ਨ ਹੈਗੀ ਜੀ ਹੰਡਿਆਇਆ ਸਟੈਂਡਰਡ ਚੌਂਕ ਦੇ ਵਿੱਚ, ਤੇ ਇਧਰਲੀ ਸਾਈਡ ਆਪਣੀ ਸੁਪਰ ਸਟੈਂਡਰਡ ਕੰਬਾਈਨਸ ਰਹੇਗੀ। ਠੀਕ ਆ ਬਾਈ ਜੀ, ਤੇ ਮੇਨ ਸੜਕ ਦੇ ਉੱਪਰ ਹੀ ਹੈ? ਹਾਂਜੀ ਹਾਂ, ਮੇਨ ਰੋਡ ਤੇ, ਨੈਸ਼ਨਲ ਹਾਈਵੇ ਤੇ ਆ, ਬਠਿੰਡਾ ਰੋਡ ਤੇ। ਠੀਕ ਆ ਜੀ। ਹਾਂਜੀ ਠੀਕ ਹੈ ਜੀ। ਤੇ ਕਿੰਨੇ ਟਰੈਕਟਰ ਅਵੇਲੇਬਲ ਨੇ ਬਾਈ ਅੱਜ? ਅੱਜ ਹੈਗੇ ਜੀ ਆਪਣੇ ਕੋਲ 10 ਕ, ਤੇ ਬਾਕੀ ਹੋਰ ਸਟਾਕ ਆ ਰਿਹਾ ਅੱਜ, ਦੋ ਚਾਰ ਟਰੈਕਟਰ ਹੋਰ ਆ ਰਿਹਾ। ਹੋਰ ਆ ਰਹੇ ਨੇ? ਠੀਕ ਹੈ ਜੀ। ਤੇ ਜੇ ਕਾਗਜ਼ ਪੱਤਰਾਂ ਦੀ ਗੱਲ ਕਰੀਏ ਬਾਈ ਜੀ? ਕਾਗਜ਼ ਪੱਤਰ ਪੂਰੇ ਓਕੇ ਮਿਲਦੇ ਜੀ, ਗਾਰੰਟੀ ਕਾਗਜ਼ ਪੱਤਰਾਂ ਦੀ। ਠੀਕ ਹੈ ਜੀ। ਜੇ ਕਿਰਾਏ ਤੇ ਟਰੈਕਟਰ ਖਰੀਦਣਾ ਹੋਵੇ ਜੀ ਕਿਸੇ ਨੇ? ਕਿਰਾਏ ਤੇ ਹੀ ਮਿਲ ਜਾਂਦੇ ਜੀ। ਠੀਕ ਹੈ ਜੀ, ਕਿਰਾਏ ਤੇ ਵੀ ਮਿਲ ਜਾਂਦੇ? ਹਾਂਜੀ ਹਾਂ। ਠੀਕ ਹੈ ਬਾਈ ਜੀ। ਚਲੋ ਬਾਈ ਜੀ, ਸਟਾਰਟ ਕਰਾਂਗੇ ਵੀਡੀਓ। ਸੋਨਾਲੀਕਾ DI 750 ਦੇ ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ। ਓਕੇ, ਰਿਪੋਰਟ ਆ, ਘੁਮਾ ਦੇਗਾ ਸਾਰਾ। ਚਲੋ ਬਾਈ ਜੀ, ਓਕੇ ਰਿਪੋਰਟ ਆ ਗਈ। ਤੇ ਮਾਡਲ ਬਾਈ ਜੀ? 2018 ਜੀ। ਨਵੀਂ 18 ਮਾਡਲ ਹੈਗਾ, ਨਾਲ ਦੀ ਟਾਇਰ ਹੈ ਬਾਈ ਜੀ? ਨਾਲ ਦੀ। ਨਵੀਂ ਨਾਲ ਦੇ ਟਾਇਰ ਆ ਗਏ। ਟਾਇਰ ਕਿੰਨੇ ਕੁ ਪੈਸੇ ਪਏ ਹੋਣਗੇ ਬਾਈ ਜੀ? ਟਾਇਰ ਪਏ ਆ ਜੀ 85 ਪੈਸੇ। ਨਵੀਂ 85 ਪੈਸੇ ਟਾਇਰ ਪੈਣਗੇ। ਤੇ 14 ਦੇ ਟਾਇਰਾਂ ਚ ਬਾਈ ਖੁੱਲੇ ਪਲੇਟਫਾਰਮ ਵਾਲਾ ਹੈਗਾ ਨਾ ਬਾਈ ਜੀ? ਹਾਂਜੀ ਹਾਂ, ਸਿਕੰਦਰ ਮਾਡਲ ਹੈ ਜੀ, 55 HP ਵਾਲਾ। ਠੀਕ ਹੈ ਜੀ। ਹਾਂਜੀ, ਸਿਕੰਦਰ ਮਾਡਲ ਹੈਗਾ 55 HP ਵਾਲਾ। ਹਾਂਜੀ। ਤੇ ਡਿਮਾਂਡ ਬਾਈ ਜੀ ਦੀ? ਡਿਮਾਂਡ 5,10,000 ਰੁਪਏ ਜੀ। ਠੀਕ ਹੈ ਜੀ। ਤੇ ਚਾਲ ਚਲਾਵਾ ਬਾਈ ਜੀ? ਚੱਲਿਆ ਹੋਊਗਾ ਜੀ ਇਹ, 1500 ਘੰਟਾ ਚੱਲਿਆ ਹੋਇਆ। ਠੀਕ ਹੈ ਜੀ। ਤੇ ਅੱਜ ਬਾਈ ਤੁਹਾਨੂੰ ਸਾਰੇ ਜਿੰਨੇ ਵੀ ਟਰੈਕਟਰ ਦਿਖਾਵਾਂਗੇ ਘੱਟ ਚੱਲੇ ਹੋਏ ਦਿਖਾਵਾਂਗੇ। ਹਾਂਜੀ, ਤਕਰੀਬਨ ਕੰਪਨੀ ਰਿਕਾਰਡ ਵਾਲੇ। ਹਾਂਜੀ ਹਾਂ, ਕੰਪਨੀ ਰਿਕਾਰਡ। ਤੇ ਜੇ ਇਹ ਕਿਰਾਏ ਤੇ ਖਰੀਦਣਾ ਹੋਵੇ, ਕਿਰਾਏ ਤੇ ਮਿਲ ਜੂ ਬਾਈ ਜੀ? ਕਿਰਾਏ ਤੇ ਮਿਲ ਜੂਗਾ ਜੀ। ਠੀਕ ਹੈ ਜੀ। ਤੇ ਇਹਦਾ ਦਿਨ ਦਾ ਖਰਚਾ ਬਾਈ ਜੀ? ਇਹਦਾ ਦਿਨ ਦਾ 2500। 2500 ਰੁਪਏ ਖਰਚਾ ਹੈਗਾ। ਹਾਂਜੀ। ਤੇ ਬਾਕੀ ਬਾਈ ਜੀ, ਜੇ ਤੁਸੀਂ ਵੱਧ ਟਾਈਮ ਲਈ ਲਓਗੇ ਉਹ ਇਹ ਘੱਟ ਜੂਗਾ। ਹਾਂਜੀ ਹਾਂ। ਠੀਕ ਹੈ ਜੀ। ਮਹੀਨੇ ਲਈ 55,000 ਰੁਪਏ ਹੋ ਜੀ। ਮਹੀਨੇ ਦਾ 55,000 ਰੁਪਇਆ ਹੋ ਜੂ। ਹਾਂਜੀ। ਤੇ ਲਓ ਬਾਈ ਜੀ, ਅੱਗੇ ਆ ਗਿਆ ਸਟੈਂਡਰਡ 335 ਦਾ। ਹਾਂਜੀ, ਛੋਟੇ ਕੰਮ ਵਾਲੀ ਲੈਣਾ ਕਿਸੇ ਨੇ? ਠੀਕ ਹੈ ਜੀ। ਬਹੁਤ ਵਧੀਆ ਜੀ, ਘੱਟ ਖਰਚਾ ਤੇ ਘੱਟ ਰਿਪੇਅਰ। ਰਿਪੇਅਰ ਵੀ ਬਹੁਤ ਜ਼ਿਆਦਾ ਘੱਟ ਆ ਗਈ ਤੇ ਤੇਲ ਖਰਚਾ ਵੀ ਬਹੁਤ ਘੱਟ ਆ ਗਿਆ। ਤੇ ਪਰ ਟਰੈਕਟਰ ਜ਼ੋਰ ਦਾ ਪੂਰਾ ਛੋਟਾ? ਜ਼ੋਰ ਪੂਰਾ ਵਧੀਆ ਜੀ। ਠੀਕ ਹੈ ਜੀ। ਤੇ ਸਾਦੀ ਕਟਾਈ ਜਾ ਗਿਆ। ਤੇ ਮਾਡਲ ਬਾਈ ਜੀ? ਮਾਡਲ 2004 ਜੀ। 2004 ਮਾਡਲ ਹੈਗਾ। ਤੇ ਜੇ ਰੰਗ ਰੂਪ ਦੀ ਗੱਲ ਕਰੀਏ ਬਾਈ ਸਰ? ਰੰਗ ਰੂਪ ਪੂਰਾ ਵਧੀਆ ਪਿਆ ਜੀ, ਆ ਦੇਖੋ। ਠੀਕ ਹੈ ਜੀ, ਓਰੀਜਨਲ ਹੀ ਆ ਬਾਈ ਜੀ? ਹਾਂ ਜੀ ਹਾਂ। ਠੀਕ ਹੈ, ਸਾਰਾ ਓਰੀਜਨਲ ਆ ਬਾਈ ਜਿੰਨਾ ਵੀ ਹੈਗਾ। ਤੇ ਟਾਇਰ ਬਾਈ ਜੀ ਇਹਦੇ? ਟਾਇਰ ਇਹਦੇ ਬਸ ਨਵੀਂ ਆ ਜੀ। ਠੀਕ ਹੈ ਜੀ, ਨਵੇਂ ਮੰਗੋ 90 ਪੈਸੇ ਟਾਇਰ ਪਏ ਨੇ? ਹਾਂ ਜੀ, ਆ ਦੇਖੋ ਪੂਰੇ ਵਧੀਆ ਟਾਇਰ ਪਏ ਆ ਗਏ। ਬਾਕੀ ਚੈੱਕ ਕਰ ਲਓ ਬਾਈ ਜੀ। ਤੇ ਚਾਰ ਮਾਡਲਾਂ ਤੇ ਡਿਮਾਂਡ ਬਾਈ ਜੀ? 2,20,000 ਜੀ। 2,20,000? 20,000। ਹਾਂਜੀ। ਚਲੋ ਬਾਈ ਜੀ, ਬਾਕੀ ਮਾਨਦਾਨ ਹੋ ਜੂਗਾ ਟਰੈਕਟਰ, ਦੇਖੋ ਬਾਈ ਜੀ। ਪਰ ਜੇ ਇਹਦੀ ਹਾਊਸ ਪਾਵਰ ਦਾ ਟਰੈਕਟਰ ਲੈਣਾ ਹੋਵੇ, ਜਿਵੇਂ ਕੋਈ ਹੋਰ ਵੱਡਾ ਲੈਣਾ ਹੋਵੇ, ਪਰ ਇਹ ਰੇਟ 'ਚ ਨਹੀਂ ਮਿਲਣਾ? ਹਾਂਜੀ, ਇਦੋਂ ਘੱਟੋ ਘੱਟ 50,000-60,000 ਰੁਪਇਆ ਵੱਧ ਮਿਲੂਗਾ, ਘੱਟੋ ਘੱਟ। ਘੱਟੋ ਘੱਟ? ਹਾਂਜੀ। ਤੇ ਇਦੋਂ ਉੱਪਰ ਮਿਲ ਸਕਦਾ? ਘੱਟ ਨਹੀਂ ਮਿਲ ਸਕਦਾ। ਹਾਂਜੀ, ਇੰਨੇ ਟਾਇਰਾਂ ਟੂਰਾਂ 'ਚ ਤਾਂ ਇਹ ਨਹੀਂ ਪਤਾ, 1,00,000 ਉੱਤੇ ਵੱਧ ਹੋਵੇ ਜੀ। ਠੀਕ ਹੈ ਜੀ। ਪਰ ਟਰਾਲੀ ਕੱਪਿੰਗ ਦਾ ਪੂਰਾ ਵਰਤੀ ਹੈਗਾ? ਸਾਰੇ ਕੰਮ ਕਰੂਗਾ ਜੀ, ਜਿਵੇਂ ਆਮ ਖੇਤੀ ਲਈ ਲੈਣਾ, ਵਧੀਆ ਖੇਤੀ ਵੀ ਕਰੂਗਾ। ਠੀਕ ਹੈ ਜੀ। ਤੇ ਲਓ ਬਾਈ ਜੀ, ਅੱਗੇ ਗੱਲਬਾਤ ਕਰਦੇ ਹਾਂ। ਸਵਰਾਜ 855 ਦੀ ਲਾਲ ਲਾਲ ਕਰੇ ਪੈਣੇ ਤੇ ਗਾਹਾਂ ਗ੍ਰੀਨ ਗ੍ਰੀਨ। ਹਾਂ ਜੀ ਹਾਂ। ਠੀਕ ਹੈ ਜੀ, ਗ੍ਰੀਨ ਇੱਕ ਦੋ ਹੋਰ ਵੀ ਆਪਣੇ ਕੋਲੇ ਆ ਜਾਣੇ ਹੈਗੇ। ਠੀਕ ਹੈ ਜੀ। ਤੇ ਇਹ 855 ਬਾਈ ਜੀ? ਇਹ 2021 ਮਾਡਲ ਹੈ ਜੀ। ਠੀਕ ਹੈ, 2021 ਮਾਡਲ ਆ ਬਾਈ ਜੀ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ, ਪੂਰਾ ਸਾਫ ਹੈ? ਨਾਲ ਦੇ ਟਾਇਰ ਬਾਈ ਜੀ? ਨਾਲ ਦੇ ਜੀ। ਠੀਕ ਹੈ ਜੀ, ਜਿਵੇਂ ਸਾਰੇ ਨਾਲ ਦੇ ਆ, ਕੱਲਾ ਕੱਲਾ ਮਾਰਕ 21 ਦਾ ਹੈਗਾ। ਠੀਕ ਹੈ ਜੀ। ਹਾਂਜੀ। ਤੇ ਕਿੰਨੇ ਘੰਟੇ ਚੱਲਿਆ ਬਾਈ? 7ਵੇਂ ਦਾ। 21 ਦੇ 7ਵੇਂ ਦਾ? ਹਾਂਜੀ। ਇਹ 1300 ਘੰਟੇ ਚੱਲਿਆ ਜੀ। ਲਵੀ 1300 ਘੰਟੇ ਕੰਪਨੀ ਰਿਕਾਰਡ ਚੱਲਿਆ ਬਾਈ ਜੀ? ਹਾਂਜੀ ਹਾਂ, ਲਵੀ ਕੰਪਨੀ ਰਿਕਾਰਡ 1300 ਘੰਟਾ ਚੱਲਿਆ ਹੈਗਾ। ਸਾਰਾ ਸੀਲਡ ਹੈ ਜੀ। ਠੀਕ ਹੈ ਜੀ, ਸਾਰਾ ਸੀਲਡ ਟਰੈਕਟਰ ਹੈ ਜੀ। ਮੈਨੂੰ ਲੱਗਦਾ ਸਰਵਿਸ ਸੁਰਵਿਸ ਵਗੈਰੇ ਹੋਈ ਹੋਣੀ ਹੈ ਨਾ ਜੀ? ਹਾਂਜੀ, ਇਕੱਲੀਆਂ ਸਰਵਿਸਾਂ ਹੋਈਆਂ ਹੋਈਆਂ, ਹੋਰ ਕੋਈ ਪਾਰਟ ਬਦਲੇ ਨਹੀਂ ਹੋਇਆ, ਕੁਛ ਕੋਈ ਛੇੜਛਾੜ ਨਹੀਂ ਹੋਈ ਟਰੈਕਟਰ ਨਾਲ। ਠੀਕ ਹੈ, ਸਾਰਾ ਜੈਨੂਇਨ। ਤੇ ਇੱਕੇ ਮਾਡਲ ਤੇ ਡਿਮਾਂਡ ਬਾਈ ਜੀ? ਡਿਮਾਂਡ ਇਹਦੀ 7,00,000 ਰੁਪਇਆ ਜੀ। 7,00,000 ਰੁਪਇਆ? ਹਾਂ, ਨਗਦ ਕੈਸ਼ ਦਾਗਾ। ਠੀਕ ਹੈ ਜੀ। ਹਾਂਜੀ। ਤੇ ਲੋਨ ਵਗੈਰਾ ਦੀ ਫੈਸਿਲਿਟੀ ਹੈਗੀ ਬਾਈ ਜੀ ਇਹਤੇ? ਹਾਂਜੀ ਹਾਂ,
ਲੋਨ ਸਾਰਿਆਂ ਤੇ ਹੋ ਜੂ ਤਕਰੀਬਨ। ਠੀਕ ਹੈ, ਸਾਰਿਆਂ ਤੇ ਲੋਨ ਹੋ ਜੂ, ਮੰਨ ਕੇ 11 ਮਾਡਲ ਤੋਂ ਉੱਪਰ ਹੈ ਨਾ ਬਾਈ? ਹਾਂ, 11 ਤੋਂ ਉੱਤੇ। ਠੀਕ ਹੈ ਜੀ, ਬਾਕੀ ਸਿਵਲ ਦੇ ਡਿਪੈਂਡ ਹੈ ਬਾਈ। ਹਾਂਜੀ, ਤੇ ਲਓ ਬਾਈ ਅੱਗੇ ਆ ਗਿਆ ਝੋਟਾ ਟਰੈਕਟਰ 969 FE ਖੁੱਲੇ ਪਲੇਟਫਾਰਮ ਵਾਲਾ, ਫੁੱਲ ਫੀਚਰ ਵਾਲਾ ਕਹਿੰਦੇ ਆ ਨਾ ਬਾਈ? ਫੁੱਲ ਫੀਚਰ ਜੀ, ਇਹਦੇ ਉੱਤੇ ਦਾ ਫੀਚਰ ਕਿਹੜੇ ਆ ਜਾਣਗੇ ਜੀ? ਠੀਕ ਹੈ ਬਾਈ ਜੀ, ਤੇ ਅੱਜ ਕੱਲ ਕਰੇਜ ਚੱਲ ਰਿਹਾ ਵੀ? ਹਾਂਜੀ ਹਾਂ। ਠੀਕ ਹੈ ਜੀ, ਮੁਰੇ ਜਿਵੇਂ ਮੱਕੀ ਵਾਲੀ ਮਸ਼ੀਨ ਆਉਂਦੀ ਹੈ ਜੀ। ਠੀਕ ਹੈ ਜੀ, ਉਹਦੇ ਵਾਸਤੇ ਝੋਟਾ ਹੀ ਪੂਰਾ ਜੀ। ਠੀਕ ਹੈ ਜੀ, ਫਸਟ ਓਨਰ ਹੈ ਬਾਈ ਜੀ? ਫਸਟ ਓਨਰ। ਠੀਕ ਹੈ ਜੀ, ਤੇ ਤਕਰੀਬਨ ਸਾਰੇ ਟਰੈਕਟਰ ਜ਼ਿਆਦਾਤਰ ਫਸਟ ਓਨਰ ਹੁੰਦੇ ਆ ਜੀ। ਠੀਕ ਹੈ ਜੀ, ਇੱਕ ਅੱਧਾ ਹੀ ਕੋਈ ਵਿੱਚ ਸੈਕਿੰਡ ਓਨਰ ਪਛਾਕ ਹੋਵੇ। ਠੀਕ ਹੈ ਜੀ, ਤੇ ਇਹ ਮਾਡਲ ਬਾਈ ਜੀ? ਇਹ ਮਾਡਲ 2021 ਜੀ। ਠੀਕ ਹੈ ਜੀ, ਤੇ ਚਾਲ ਚਲਾਵਾ ਬਾਈ ਜੀ? ਚਾਲ ਚਲਾਵਾ ਇਹ 12-1500 ਘੰਟਾ ਚੱਲਿਆ ਹੋਇਆ ਜੀ। ਠੀਕ ਹੈ ਜੀ, ਨਾਲ ਦੇ ਟਾਇਰ ਆ ਗਏ? ਨਾਲ ਦੇ ਜੀ, ਤੇ ਵੀ ਨਾਲ ਦੇ ਟਾਇਰ ਆ ਗਏ, ਲਫਾਫੇ ਲਫੂਫੇ ਵਗੈਰਾ ਹਜੇ ਤੱਕ ਨਾਲ ਦੇ ਨਹੀਂ ਗਏ। ਛਤਰੀ ਵਗੈਰਾ ਦੀ ਗੱਲ ਕਰੀਏ ਬਾਈ ਜੀ? ਛਤਰੀ ਇਹਦੇ ਨਾਲ ਮਿਲ ਜੂਗੀ ਜੀ। ਠੀਕ ਹੈ, ਇਹਦੇ ਨਾਲ ਮਿਲ ਜੂਗੀ? ਹਾਂਜੀ। ਠੀਕ ਹੈ, ਪਰ ਜੂ ਘੱਟ ਪੈਪ ਲੈ ਜੂਗੀ? ਨਾ ਨਾ, ਇਹ ਵੀ ਨਾਲ ਜੂ ਦੇ ਨਾਲ ਜਿਹੜੀ ਉਹ ਜੀ ਛਤਰੀ ਹੈਗੀ। ਠੀਕ, ਕਨੋਪੀ ਵਾਲੀ? ਹਾਂਜੀ, ਕਨੋਪੀ ਛਤਰੀ ਮਿਲ ਜੂ। ਕਨੋਪੀ ਛਤਰੀ ਇਹਦੇ ਨਾਲ ਮਿਲ ਜੂਗੀ? ਹਾਂਜੀ, ਤੇ ਇਹਦਾ ਡਿਮਾਂਡ ਬਾਈ ਜੀ? ਇਹਦੀ 7,95,000 ਜੀ। ਇਹ ਵੀ 7,95,000 ਰੁਪਇਆ ਡਿਮਾਂਡ ਹੈਗੀ। ਤੇ ਬਾਕੀ ਬਾਈ ਝੋਟੇ ਟਰੈਕਟਰ ਹੁੰਦੇ ਨੇ ਬਾਈਆਂ ਕੋਲ, ਜਿਹੜਾ ਵੀ ਟਰੈਕਟਰ? ਪੰਜਾਬ ਨੰਬਰ ਜੀ, ਜਿਹੜੀ ਮੇਨ ਗੱਲ ਆ, ਪੰਜਾਬ ਨੰਬਰ, ਕੋਈ ਹਰਿਆਣਾ ਨੰਬਰ? ਹਾਂਜੀ। ਠੀਕ ਹੈ ਜੀ, ਕੋਈ ਹਰਿਆਣਾ ਨੰਬਰ ਨਹੀਂ ਮਿਲਦਾ। ਅੱਗੇ ਬਾਈ ਜੀ ਆ ਗਿਆ 963 969 ਦਾ ਛੋਟਾ ਭਾਈ। ਹਾਂਜੀ, ਤੇ ਇਹ ਮਾਡਲ ਬਾਈ ਜੀ? ਇਹ 2020 ਮਾਡਲ ਹੈ ਜੀ, 21 ਦੀ ਕਾਪੀ ਆ। 21 ਦੀ ਕਾਪੀ ਆ, 2020 ਮਾਡਲ ਆ ਬਾਈ ਜੀ। ਕੋਈ ਜੇ ਬਾਕੀ ਵੇਚੂਗਾ ਇਹਨੂੰ 21 ਕਹਿ ਕੇ ਵੇਚੂਗਾ। ਠੀਕ ਹੈ ਜੀ, ਆਪਾਂ 20 ਕਹਿ ਕੇ ਵੇਚਾਂਗੇ। ਠੀਕ ਹੈ, ਸਿਸਟਮ ਵਗੈਰਾ ਲੱਗਿਆ ਹੋਇਆ, ਛਾਤਰੀ ਲੱਗੀ ਹੋਈ ਹੈ? ਨਾ ਜੀ, ਨਾ। ਠੀਕ ਹੈ, ਜਿਹੜਾ ਕੁਝ ਲੱਗਿਆ ਬਾਈ, ਬਾਈ ਕਹਿੰਦਾ ਲਾ ਕੇ ਭਵੇਂ ਦੀ, ਪਰ ਆਹ ਦੇਖੋ ਜੀ, ਜਿਵੇਂ ਇਹਦੇ ਆਪਾਂ ਕਹਿ ਸਕਦੇ ਸੀ ਵੀ ਆਪਾਂ ਛਾਤਰੀ ਦਿੰਦੇ ਨਹੀਂ, ਵੀ ਆਈ ਮਿਲੂਗਾ, ਪਰ ਆਪਾਂ ਛਾਤਰੀ ਨਾਲ ਦੇਵਾਂਗੇ। ਛਾਤਰੀ ਬਾਈ ਕਹਿੰਦਾ ਨਾਲ ਦੇਵਾਂਗੇ। ਹਾਂਜੀ, ਤੇ 20+21। ਹਾਂਜੀ, ਠੀਕ ਹੈ ਜੀ, ਤੇ ਇਹਦੀ ਡਿਮਾਂਡ ਬਾਈ ਜੀ? ਇਹਦੀ 7,20,000 ਰੁਪਇਆ ਜੀ। ਤੇ ਚਾਲ ਚਲਾਵਾ ਬਾਈ ਜੀ, ਕਿੰਨੇ ਘੰਟੇ ਚੱਲੇ? ਇਹ ਵੀ ਉਹਨਾਂ ਕੀ ਚੱਲਿਆ ਹੋਇਆ ਜੀ, 12-1500 ਚੱਲਿਆ। ਠੀਕ ਹੈ ਜੀ, 12-1500 ਚੱਲਿਆ ਹੋਏਗਾ, ਤੇ ਟਾਇਰ ਇਹਦੇ ਵੀ ਬਾਈ ਜੀ ਇਹ ਕਹਿੰਦੇ 80-85 ਪਏ ਨਾ ਬਾਈ ਜੀ? ਹਾਂਜੀ ਹਾਂ, ਮੂਰਲੇ ਦਾ 90 ਪਏ ਹੈਗੇ, ਮੂਰਲੇ 90 ਪਏ ਹੈਗੇ। ਬਾਕੀ ਕੰਡੀਸ਼ਨ ਦਾ ਸਾਫ ਹੈਗਾ, ਰੰਗ ਪੇਂਟ ਦਾ ਓਰੀਜਨਲ ਹੀ ਹੈਗਾ। ਹਾਂਜੀ ਹਾਂ, ਜਿਹੜੀ ਵੀ ਹੋਈ ਬਾਈ ਜੀ ਦੱਸ ਕੇ ਦਿਓਗੇ ਨਾ? ਹਾਂਜੀ ਹਾਂ। ਠੀਕ ਹੈ ਜੀ, ਤੇ ਲਓ ਬਾਈ ਜੀ ਅੱਗੇ ਫਿਰ ਆ ਗਿਆ 963। ਹਾਂਜੀ, ਤੇ ਇਹ ਮਾਡਲ ਬਾਈ ਜੀ? ਇਹ 20 ਮਾਡਲ ਜੀ। ਇਹ ਵੀ 20 ਮਾਡਲ ਹੈਗਾ। ਹਾਂਜੀ, ਤੇ ਲਓ ਵੀ ਬਾਕੀ ਚੈੱਕ ਕਰ ਲਓ, ਤੇ ਬੰਪਰ ਬਾਈ ਜੀ ਇਹਦੇ? ਬੰਪਰ ਦਵਾਂਗੇ ਜੀ ਇਹਦੇ ਨਾਲ। ਠੀਕ ਹੈ ਜੀ, ਲੈ ਵੀ ਬੰਪਰ ਇਹਦੇ ਨਾਲ ਮਿਲ ਜੂਗਾ, ਓਰੀਜਨਲ ਬੰਪਰ ਮਿਲੂਗਾ, ਓਰੀਜਨਲ ਬੰਪਰ ਮਿਲੂਗਾ। ਤੇ ਟਾਇਰ ਬਾਈ ਜੀ ਇਹਦੇ? ਟਾਇਰ ਇਹਦੇ ਹੈਗੇ ਆ ਜੀ 75 ਪੈਸੇ। ਠੀਕ ਹੈ, 75 ਪੈਸੇ ਟਾਇਰ ਇਹਦੇ ਵੀ ਨਾਲ ਦੇਣਗੇ, 5-star ਖੁੱਲੇ ਪਲੇਟਫਾਰਮ ਵਾਲਾ, ਫੁੱਲ ਫੀਚਰ ਵਾਲਾ। ਹਾਂਜੀ, ਤੇ ਇਹਦੀ ਡਿਮਾਂਡ ਬਾਈ ਜੀ? ਇਹਦੇ 6,90,000 ਰੁਪਇਆ ਜੀ। ਠੀਕ ਹੈ ਜੀ, ਹਾਂਜੀ, ਬਾਕੀ ਮੌਕੇ ਤੇ ਮਾਣ ਤਾਂ ਸਾਰਿਆਂ 'ਚ ਹੀ ਹੋ ਜਾਊਗਾ। ਠੀਕ ਹੈ ਜੀ ਬਾਈ, ਇੱਕ ਵਾਰੀ ਮੌਕਾ ਜ਼ਰੂਰ ਦਿਓ, ਰੇਟ ਸਾਰਿਆਂ ਦਾ ਹੋ ਜਾਂਦਾ। ਹਾਂਜੀ ਹਾਂ, ਰੇਟ ਇੱਥੇ ਆਪਾਂ ਔਨ ਟੇਬਲ ਹੋ ਜਾਂਦਾ ਜੀ। ਠੀਕ ਹੈ ਜੀ, ਇਹ ਨਹੀਂ ਹੁੰਦਾ ਇੱਕ ਵਾਰੀ ਦਾ ਰੇਟ ਵੱਧ ਦੱਸਣਾ ਹੀ ਪੈਂਦਾ। ਹਾਂਜੀ ਹਾਂ, ਕਈ ਵਾਰ ਕਹਿੰਦੇ ਨੇ ਕਿ ਮਹਿੰਗਾ, ਕਿਉਂਕਿ ਫਿਰ ਬੰਦਾ ਆ ਕੇ ਕਹਿੰਦਾ ਜੀ ਤੁਸੀਂ ਦੱਸੇ ਹੀ ਇੰਨਾ ਸੀ, ਕੁਛ ਤਾਂ ਘੱਟ ਕਰੋ, ਹਨਾ। ਠੀਕ ਹੈ ਜੀ, ਹਾਂਜੀ, ਆਪਾਂ ਪੰਜਾਬੀਆਂ ਨੂੰ ਘੱਟ ਕਰਾਏ ਬਿਨਾ ਨਹੀਂ ਚੈਨਾ ਹੁੰਦਾ ਜੀ। ਠੀਕ ਹੈ ਜੀ, ਤੇ ਇਹ ਸੋਨਾ ਲਿਕਾ ਬਾਈ ਜੀ? ਇਹ 2017 ਮਾਡਲ ਜੀ, 2017 ਮਾਡਲ RX ਚ। ਹਾਂਜੀ, HDM ਵਾਲਾ, ਹੈਵੀ ਡਿਊਟੀ ਵਾਲਾ। ਹਾਂਜੀ, ਤੇ ਮਾਡਲ ਬਾਈ ਜੀ? 2017। ਤੇ ਟਾਇਰ ਬਾਈ ਜੀ? ਟਾਇਰ ਇਹਦੇ ਪਏ ਆ ਜੀ 98 ਪੈਸੇ। ਹੈਵੀ 98 ਪੈਸੇ ਟਾਇਰ ਨੇਗੇ। ਕੰਡੀਸ਼ਨ ਦਾ ਵੀ ਪੂਰਾ, ਰੰਗ ਰੂਪ ਦਾ ਪੂਰਾ ਸਾਫ ਹੈਗਾ, ਕੰਡੀਸ਼ਨ ਦਾ ਵੀ ਵਗੈਰਾ ਵੀ ਪੂਰਾ, ਸਿਸਟਮ ਲੱਗਿਆ ਹੋਇਆ, ਛਤਰੀ ਲੱਗੀ ਹੋਈ ਹੈ ਜੀ, ਕੁਝ ਨਹੀਂ ਕਰਨਾ ਹੁੰਦਾ ਇਹਨੂੰ, ਜਾ ਕੇ ਬਸ ਖੇਤ ਹੀ ਚਲਾਉਣਾ। ਠੀਕ ਹੈ ਜੀ, ਪਰ ਤੇਲ ਖਰਚੇ ਦਾ ਕਹਿੰਦੇ ਇਹਦਾ ਵੀ ਬਹੁਤ ਜ਼ਿਆਦਾ ਘੱਟ ਆਉਂਦਾ ਜੀ। ਬਹੁਤ ਘੱਟ ਆ ਜੀ। ਠੀਕ ਹੈ ਜੀ, ਤੇ ਇਹਦੀ ਡਿਮਾਂਡ ਬਾਈ ਜੀ? ਇਹਦੀ ਡਿਮਾਂਡ ਹੈਗੀ ਹੈ ਜੀ 5,20,000 ਰੁਪਇਆ। ਲਓ ਵੀ 5,00,000 ਨਗਦ ਕੈਸ਼ ਦਾ, ਇਹ ਵੀ ਨਗਦ ਕੈਸ਼ ਦਾਗਾ, 5,20,000 ਰੁਪਇਆ ਡਿਮਾਂਡ। ਹਾਂਜੀ ਹਾਂ, ਤੇ ਇੰਜਨ ਗੇਅਰ ਦਾ ਬਾਈ ਜੀ? ਪੂਰਾ ਓਕੇ ਓਕੇ ਹੈਗਾ। ਹਾਂਜੀ, ਤੇ ਲਓ ਬਾਈ ਅੱਗੇ ਆ ਗਿਆ 5310। ਹਾਂਜੀ, ਤੇ ਮਾਡਲ ਬਾਈ ਜੀ? 2019 ਜੀ। ਨਵੀਂ 2019 ਮਾਡਲ ਹੈਗਾ, ਕਲਰ ਸਿਫਟ B3। ਹਾਂਜੀ, ਤੇ ਫਰੰਟ ਵੀ ਪੇਟ ਵਗੈਰਾ ਲੱਗੇ ਹੋਏ ਨੇ, ਹਿੱਸਾ ਖੁੱਲਦਾ। ਠੀਕ ਹੈ, ਰਿਵਰਸ PTO, ਡਬਲ ਡਿਸਟ੍ਰੀਬਿਊਟਰ, ਫੁੱਲ ਟਾਪ ਵਾਲਾ ਮਾਡਲ ਆ। ਠੀਕ ਹੈ, 3 ਸਪੀਡ ਹੈ ਬਾਈ ਜੀ? ਹਾਂਜੀ ਹਾਂ, 3 ਸਪੀਡ।
ਵੀ 3 ਸਪੀਡ ਹੈਗਾ ਤੇ ਟੌਪ ਮਾਡਲ ਹੈਗਾ ਤੇ ਇਹਦੀ ਡਿਮਾਂਡ ਪਈ ਜੀ, ਇਹਦੀ ਡਿਮਾਂਡ ਹੈਗੀ 6,98,000 ਰੁਪਇਆ। 6,98,000 ਰੁਪਇਆ ਹਾਂਜੀ। ਰਿਵਰਸ ਪੀਟੀ ਦਾ? ਰਿਵਰਸ ਪੀਟੀ ਹੋ ਚਾਹੀਏ। ਠੀਕ ਹੈ ਬਾਈ ਜੀ। ਤੇ ਰੰਗ ਰੂਪ ਦਾ ਬਾਈ ਜੀ? ਰੰਗ ਰੂਪ ਪੂਰਾ ਓਕੇ ਪਿਆ ਜੀ, ਨਵੇਂ ਅਰਗਾ ਪਿਆ ਗਾ। ਠੀਕ ਹੈ, ਪੂਰਾ ਲਿਸਕਾ ਹੀ ਮਾਰਦਾ ਜੀ ਮੈਂ ਪਤਾ ਜੀ ਨਾ ਬਾਈ, ਪੂਰਾ ਸਾਫ ਪਿਆ। ਰੰਗ ਰੂਪ ਦਾ ਵੀ ਬਾਈ ਕੰਡੀਸ਼ਨ ਤੁਸੀਂ ਚੈੱਕ ਕਰ ਲਿਆ ਕਰੋ ਬਾਈ, ਹਰੇਕ ਟਰੈਕਟਰ ਦੀ ਮੈਂ ਕਹਿੰਦਾ ਨਵੇਂ ਤੋਂ ਨਵਾਂ ਲੈ ਕੇ ਦੇਵਾਂਗੇ ਜੀ ਆਪਾਂ। ਠੀਕ ਹੈ ਬਾਈ ਜੀ। ਹਾਂਜੀ, ਤੇ ਮਾਨ ਤੁਹਾਨੂੰ ਹੋ ਜਾਊਗਾ PV19 ਬਰਨਾਲੇ ਦਾ ਲੋਕਲ ਨੰਬਰ ਹੈਗਾ। ਬਿਲਕੁਲ ਬਰਨਾਲੇ ਦਾ, ਬਰਨਾਲੇ ਦਾ ਲੋਕਲ ਨੰਬਰ ਹੈਗਾ। ਹਾਂਜੀ। ਤੇ ਅੱਗੇ ਗਿਆ ਬਾਈ ਜੀ ਮਹਿੰਦਰਾ 605। ਹਾਂਜੀ, ਅਰਜਨ। ਚਲੋ ਬਾਈ ਜੀ 4x4 ਚ ਆ ਗਿਆ, PV04 ਨੰਬਰ ਆ ਗਿਆ। ਹਾਂਜੀ ਹਾਂ। ਤੇ 3 ਸਪੀਡ ਚ ਆ ਗਿਆ ਬਾਈ ਜੀ ਇਹ ਵੀ? ਹਾਂਜੀ, 3 ਸਪੀਡ ਚੇਂਜਰ ਗੇਅਰ ਜੀ, ਚੇਂਜਰ ਗੇਅਰ ਵਾਲਾ। ਹਾਂਜੀ, ਡਬਲ ਡਿਸਟ੍ਰੀਬਿਊਟਰ, 4x4 ਫੁੱਲ ਟਾਪ ਮਾਡਲ ਆ। ਟਾਪ ਮਾਡਲ ਆ ਗਿਆ ਬਾਈ ਜੀ, ਖੁੱਲੇ ਪਲੇਟਫਾਰਮ ਵਾਲਾ। ਤੇ ਟਾਇਰ ਬਾਈ ਜੀ ਇਹਦੇ? ਟਾਇਰ ਇਹਦੇ ਪਿਛਲੇ ਟਾਇਰ ਤਾਂ ਪਿਆ ਜੀ 85 ਪੈਸੇ। ਠੀਕ ਹੈ ਜੀ। ਮੂਰਲੇ ਹੈਗੇ 75 ਪੈਸੇ। ਮੂਰਲੇ 75 ਪੈਸੇ। ਹਾਂਜੀ। ਤੇ ਮਾਡਲ ਬਾਈ ਜੀ? ਮਾਡਲ 2019 ਜੀ। ਠੀਕ ਹੈ ਜੀ। ਤੇ ਚਾਲ ਚਲਾਵਾ ਬਾਈ ਜੀ ਕਿੰਨੇ ਘੰਟੇ ਚੱਲਿਆ? ਇਹ 1300 ਘੰਟੇ ਚੱਲਿਆ ਜੀ। ਇਹ ਵੀ 1300 ਘੰਟੇ ਚੱਲਿਆ ਹੈਗਾ। ਜਿਵੇਂ ਆਪਾਂ ਕਹਿ ਦਈਏ ਨਾ, ਆਲ ਇੰਡ ਲਿਆਤਾ ਤੇ ਦੁਬਾਰ ਚ। ਹਾਂਜੀ, ਬਸ ਉਧਾਰੀ ਪਾ ਕੇ ਖੜਾਤਾ। ਹਾਂਜੀ ਠੀਕ ਹੈ ਜੀ। ਆਮ ਬਸ ਖੇਤੀ ਤੇ ਚੱਲਿਆ ਹੈਗਾ, ਕੋਈ ਆਪਾਂ ਕਹਿ ਦਈਏ ਕੋਈ ਸੀਜ਼ਨ ਸੂਜ਼ਨ ਤੇ ਜਾਂ ਕੋਈ ਬਾਹਲੇ ਵੱਡੇ ਕੰਮਾਂ ਚ ਉਹ ਚ ਨਹੀਂ ਚੱਲਿਆ ਹੈ। ਠੀਕ ਹੈ ਜੀ। ਤੇ ਡਿਮਾਂਡ ਬਾਈ ਜੀ ਇਹਦੀ? ਡਿਮਾਂਡ ਇਹਦੀ 6,95,000 ਰੁਪਇਆ ਜੀ। 6,95,000 ਰੁਪਇਆ ਮਾਨ ਤਾਨ ਬਾਈ ਜੀ। ਹਰੇਕ ਟਰੈਕਟਰ ਚ ਜੇ ਟਰੈਕਟਰ ਕਟਵਾਉਣਾ ਹੋਵੇ ਬਾਈ ਜੀ, ਵਿੱਚ ਕੱਟ ਲੈਣੇ ਆ ਜੀ ਆਪਾਂ ਟਰੈਕਟਰ? ਠੀਕ ਹੈ, ਟੌਪ ਮਾਡਲ ਜਾਂ ਡਾਊਨ ਮਾਡਲ? ਸਾਰੀ ਕੱਟ ਲੈਣੇ ਜੀ। ਠੀਕ ਹੈ ਜੀ। ਕਾਗਜ਼ ਪੱਤਰਾਂ ਦਾ ਸਹੀ ਹੋਣਾ? ਕਾਗਜ਼ ਪੱਤਰਾਂ ਸਹੀ ਹੋਵੇ ਜੀ ਆਪਾਂ ਨੂੰ ਮੇਨ। ਠੀਕ ਹੈ ਜੀ। ਹਾਂ, ਤੇ ਇੱਕ ਪੰਜਾਬ ਨੰਬਰ ਹੋਵੇ ਆਪਣਾ, ਕਿਉਂਕਿ ਸਾਰੇ ਕੰਮ ਪੰਜਾਬ ਨੰਬਰ। ਠੀਕ ਹੈ, ਸਾਰੇ ਟਰੈਕਟਰ ਪੰਜਾਬ ਨੰਬਰ। ਤੇ ਅੱਗੇ ਅੱਗੇ ਬਾਈ ਜੀ 5310 ਸਜਾਉਂਦੀ ਯਾਰ। ਹਾਂਜੀ। ਤੇ 3 ਸਪੀਡ ਆਏ ਨੇ ਬਾਈ ਜੀ ਇਹ ਵੀ? 3 ਸਪੀਡ ਜੀ, 2016 ਮਾਡਲ ਆ ਤੇ 95 ਪੈਸੇ ਟਾਇਰ ਪਿਆ ਜੀ। ਠੀਕ ਹੈ, ਇਹ ਵੀ 95 ਪੈਸੇ ਟਾਇਰ ਪੈਣਗੇ, ਸਾਰਾ ਓਰੀਜਨਲ ਆ। ਬਾਕੀ ਤੁਸੀਂ ਬਾਈ ਰਿਮ ਵਗੈਰਾ ਚੈੱਕ ਕਰਵਾ ਦੇ ਬਾਈ, ਜਿੰਨਾ ਵੀ ਹੈਗਾ ਕੋਈ ਟੱਚਿੰਗ ਬਚਿੰਗ ਨਹੀਂ ਹੋਈ ਗਰੰਟੀ। ਗਰੰਟੀ ਰਿਕਾਰਡ ਕਿੰਨੇ ਘੰਟੇ ਚੱਲੇ ਬਾਈ? ਇਹ ਚੱਲੇ ਹੋਈ 1600 ਘੰਟਾ। ਲੈ ਵੀ 1600 ਘੰਟਾ ਓਰੀਜਨਲ ਚੱਲਿਆ ਹੋਵੇ ਜਿੰਨਾ ਵੀ ਹੈਗਾ ਗਾ। ਤੇ ਇਹਦੀ ਡਿਮਾਂਡ ਬਾਈ ਜੀ? ਇਹਦੀ ਡਿਮਾਂਡ ਹੈਗੀ 6,15,000 ਰੁਪਇਆ। 6 ਲੱਖ ਤੇ ਡਬਲ PTO, ਡਬਲ ਡਿਸਟ੍ਰੀਬਿਊਟਰ। ਡਬਲ PTO, ਡਬਲ ਡਿਸਟ੍ਰੀਬਿਊਟਰ, 16 ਮਾਡਲ ਨਾਲ ਦੇ ਟਾਇਰਾਂ ਦੇ? ਨਾ ਨਾ, ਦੁਬਾਰੇ ਦੇ ਟਾਇਰ, ਦੁਬਾਰੇ ਦੇ ਜੀ। ਠੀਕ ਹੈ ਜੀ, ਦੁਬਾਰੇ ਦੇ ਟਾਇਰ ਆ ਗਏ। ਹਾਂਜੀ। ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਵੀ, ਫਸਟ ਓਨਰ ਹੀ ਬਾਈ ਜੀ ਇਹ ਵੀ? ਇਹ ਫਸਟ ਓਨਰ ਹੀ। ਹਾਂਜੀ। ਠੀਕ ਹੈ ਬਾਈ ਜੀ। ਤੇ ਮੇਨ ਲੋਕੇਸ਼ਨ ਬਾਈ ਜੀ ਇੱਕ ਵਾਰੀ ਹੋਰ ਦੱਸ ਦਿਓ, ਜਾਂ ਇਹਨਾਂ ਤੋਂ ਬਿਨਾਂ ਕੋਈ ਹੋਰ ਟਰੈਕਟਰ ਬਾਈ ਜੀ ਆਪਣੇ ਕੋਲ? ਆਪਣੇ ਕੋਲ ਇੱਕ 54-5 ਵੀ ਮਿਲ ਜੂਗਾ ਜੀ, 4x4 ਤੇ 855 ਮਿਲ ਜਾਣਗੇ 3 ਸਪੀਡ। ਠੀਕ ਹੈ, ਕੱਲ ਕੱਲ ਤੱਕ। ਠੀਕ ਹੈ ਜੀ। ਹਾਂਜੀ। ਤੇ ਮੇਨ ਲੋਕੇਸ਼ਨ ਹੈ ਜੀ ਆਪਣੀ ਹੰਡਿਆਏ ਜੀ। ਠੀਕ ਹੈ ਜੀ। ਬਠਿੰਡਾ ਰੋਡ ਤੇ ਸਟੈਂਡਰਡ ਚੌਂਕ ਚ, ਜਮਾ ਸਟੈਂਡਰਡ ਚੌਂਕ ਤੋਂ ਬਸ ਮਾੜਾ ਜੀ ਦੂਰੀ ਤੇ ਆ। ਠੀਕ ਹੈ ਜੀ। ਹਾਂਜੀ। ਤੇ ਬਾਕੀ ਸਕਰੀਨ ਉੱਪਰ ਨੰਬਰ ਹੈਗਾ, ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ। ਤੇ ਕਿਰਾਏ ਤੇ ਟਰੈਕਟਰ ਅਵੇਲੇਬਲ ਹੁੰਦੇ? ਹਾਂਜੀ, ਕਿਰਾਏ ਤੇ ਸਾਰੇ ਤਰ੍ਹਾਂ ਦੇ ਹੈਗੇ ਆ, 3 ਸਪੀਡ 2 ਸਪੀਡ 4 ਵੀਲ 2 ਵੀਲ, ਜਿੱਦਾਂ ਅਗਲੇ ਨੂੰ ਕੰਮ ਆ ਉਦੋਂ ਦਾ। ਠੀਕ ਹੈ ਬਾਈ। ਠੀਕ ਹੈ ਬਾਈ, ਅੱਗੇ ਗੱਲ ਕਰਕੇ ਬਹੁਤ ਲੱਗਿਆ। ਚਲੋ ਬਾਈ ਜੀ, ਵੀਡੀਓ ਕਿਵੇਂ ਲੱਗੀ ਲਾਈਕ ਕਰਦੇ, ਕਮੈਂਟ ਕਰਦੇ ਤੇ ਚੈਨਲ ਨੂੰ ਕਰਦੇ ਫੋਲੋ। ਧੰਨਵਾਦ।